ਕੋਈ ਸੁਣਵਾਈ ਨਾ ਹੋ ਕਰਨ ਰੋਪੜ ਦੇ ਬਾਜ਼ਾਰਾਂ ਵਿੱਚ ਇੱਕ ਰੋਸ ਮਾਰਚ ਲੱਗਿਆ ਗਿਆ। ਇਸ ਮੌਕੇ ਤੇ ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਅਤੇ ਸੰਜੀਵ ਕਨੌਲੀ ਨੇ ਕਿਹਾ ਕਿ ਪੰਜਾਬ ਵਿੱਚ ਹਿੰਦੂ ਮੁੱਖ ਮੰਤਰੀ ਨਾ ਹੋਣ ਕਾਰਨ ਹਿੰਦੂ ਸਮਾਜ ਦੀ ਪੰਜਾਬ ਵਿੱਚ ਸੁਣਵਾਈ ਨਹੀਂ ਹੋ ਰਹੀ। ਅਸੀਂ ਪੰਜਾਬ ਦੇ ਹਿੰਦੂਆਂ ਵਿੱਚ ਜਾਗਰਿਤ ਕਰਨ ਜਾ ਰਹੇ ਹਾਂ।